ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਅਪਰਾ ਦੇ ਪੁਰਾਣੇ ਬੱਸ ਅੱਡੇ 'ਚ ਨਾਕਾ ਲਗਾ ਕੇ ਵਹੀਕਲਾਂ ਦੀ ਕੀਤੀ ਚੈਕਿੰਗ। ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਦੇ ਅਧੀਨ ਆਉਂਦੇ ਕਸਬਾ ਅਪਰਾ ਵਿਖੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਤਿਉਹਾਰਾਂ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ। ਉਹਨਾਂ ਨੇ ਕਿਹਾ ਕਿ ਅਪਰਾ ਦੇ ਆਲੇ ਦੁਆਲੇ ਦੇ ਸਾਰੇ ਪਿੰਡਾਂ 'ਚ ਵੀ ਪੁਲਿਸ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ ਅਤੇ ਨਾਕੇ ਲਗਾਏ ਜਾ ਰਹੇ ਹਨ ਤਾਂ ਜੋ ਕਿ ਕਿਸੇ ਵੀ ਹੋਣ ਵਾਲੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਆਪਾਂ ਬਾਹਰ ਚੈਕਿੰਗ ਕਰ ਰਹੇ ਹਾਂ, ਬਾਜ਼ਾਰ 'ਚ ਕੀੜੇ ਕੂੜੇ ਮਾਰਦੇ ਹਾਂ, ਕੁਝ ਸ਼ੱਕੀ ਵਹੀਕਲ ਨੇ ਉਹਨੂੰ ਚੈਕਿੰਗ ਕਰ ਰਹੇ ਹਾਂ ਕਿ ਕੋਈ ਮਾੜਾ ਕੰਮ ਕੋਈ ਮਾੜੀ ਵਾਰ ਤੋਂ ਨਾ ਹੋ ਸਕੇ, ਇਸ ਕਰਕੇ ਚੈਕਿੰਗ ਕਰ ਰਹੀ ਵਹੀਕਲਾਂ ਦੀ। ਵੱਧ ਤੋਂ ਵੱਧ ਆਪਾਂ ਚੈਕਿੰਗ ਕਰ ਰਹੇ ਹਾਂ। ਠੀਕ ਹੈ ਸਰ, ਇਹ ਨਾਕੇ ਜਿਹੜੇ ਆ ਅਪਰੇ ਦੇ ਵੱਖ ਵੱਖ ਜਿਹੜੇ ਆ ਥਾਵਾਂ 'ਤੇ ਲਾਏ ਜਾ ਰਹੇ ਆ? ਨਾਕੇ ਅਲੱਗ ਅਲੱਗ ਲਾਏ ਜਾ ਰਹੇ, ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ, ਬਾਕੀ ਜਿੰਨੇ ਵਹੀਕਲ ਨੇ ਗੱਡੀਆਂ ਵਗੈਰਾ ਚੈੱਕ ਕੀਤੀਆਂ ਜਾ ਰਹੀਆਂ ਨੇ, ਕੋਈ ਸ਼ੱਕੀ ਦਾ ਵਿਅਕਤੀ ਨਹੀਂ ਮਿਲਦਾ, ਉਹਦੀ ਪੁੱਛਗਿੱਛ ਕੀਤੀ ਜਾਵੇਗੀ। ਸਰ ਚਲਾਨ ਵੀ ਕੱਟੇ ਜਾ ਰਹੇ ਕਿ ਸਿਰਫ ਚੈਕਿੰਗ ਕਰਕੇ ਛੱਡੇ ਜਾ ਰਹੇ? ਚਲਾਨ ਵੀ ਕੱਟਾਂਗੇ, ਜੋ ਉਸਦੇ ਰਾਜ ਘੱਟ ਹੋਣਗੇ, ਕੋਈ ਦੋ ਬੰਦੇ ਆ ਚਲਾਨ ਵੀ ਚੈੱਕ ਕੀਤੇ ਜਾਣਗੇ। ਠੀਕ ਹੈ।